ਜਿਹਦੇ ਵਿੱਚ ਪੰਜਾਬ ਦੇ ਉਹ ਹੱਕੀ ਯੋਧੇ ਪੰਜਾਬ ਦੀਆਂ ਉਹ ਪਾਰਟੀਆਂ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਕੂਕ ਦੀ ਰਾਖੀ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਹਮੇਸ਼ਾ ਮਾਫੀਆ ਅਤੇ ਕਰਪਸ਼ਨ ਦੇ ਖਿਲਾਫ਼ ਗੱਲ ਕੀਤੀ ਹੈ। ਮੈਂ ਧੰਨਵਾਦ ਕਰਦਾ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ, ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦਾ, ਜਿਨ੍ਹਾਂ ਨੇ ਮੈਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਲੋਕ ਇਨਸਾਫ਼ ਪਾਰਟੀ ਦਾ ਉਮੀਦਵਾਰ ਐਲਾਨਿਆ। ਮੈਂ ਲੋਕਾਂ ਦੀਆਂ ਉਮੀਦਾਂ 'ਤੇ ਹਮੇਸ਼ਾ ਯਤਨ ਕੀਤਾ ਉਸ ਭਗਵਾਨ ਵਾਹਿਗੁਰੂ ਦੀ ਕਿਰਪਾ ਸਦਕਾ, ਅਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਭਾਵਨਾ ਤੁਸੀਂ ਮੇਰੇ 'ਚ ਪ੍ਰਗਟ ਕਰੋਗੇ ਕਦੇ ਉਹਦੇ ਵਿੱਚ ਖੋਟ, ਉਹਦੇ ਵਿੱਚ ਕੋਈ ਕਮੀ ਨਹੀਂ ਹੋਏਗੀ। ਜਿਹੜਾ ਕਰਪਸ਼ਨ ਦੇ ਖਿਲਾਫ਼, ਜਿਹੜਾ ਮਾਫੀਏ ਦੇ ਖਿਲਾਫ਼, ਜਿਹੜਾ ਪੰਜਾਬ ਦੀ ਧਰਤੀ 'ਤੇ ਚਿੱਟੇ ਦੇ ਵਰ ਖਿਲਾਫ਼ ਲੋਕ ਇਨਸਾਫ਼ ਪਾਰਟੀ ਨੇ ਅੰਦੋਲਨ ਸ਼ੁਰੂ ਕੀਤਾ, ਮੈਂ ਆਖਰੀ ਦਮ ਤੱਕ ਉਸ ਅੰਦੋਲਨ ਦੇ ਉੱਤੇ ਕੰਮ ਕਰਦਾ ਰਹਾਂ। ਲੁਧਿਆਣਾ ਦੇ ਵਿੱਚ ਪਿਛਲੇ 5 ਸਾਲਾਂ ਦੇ ਅੰਦਰ ਅਗਰ ਕੋਈ ਕਾਮ ਕੀਆ ਹੋਤਾ ਸਰਕਾਰਯੋਗ MP ਸਾਹਿਬ ਨੇ, ਤੋ ਉਨਕੋ ਬੜੇ ਬੜੇ ਬੋਰਡ ਲਗਾਨੇ ਕੀ ਜ਼ਰੂਰਤ ਨਾ ਪੜਤੀ, ਤੋ ਫਿਰ ਲੋਕ ਪ੍ਰਚਾਰਕ ਬਣ ਜਾਤੇ ਹੈ, ਨੁਮਾਇੰਦੇ ਕੀ ਪ੍ਰਾਪਤੀਆਂ ਲੋਕ ਬੋਲਤੇ ਹੈ। ਤੋ ਆਜ ਮੈਂ ਬੋਲੂੰ ਲੋਕ ਬੋਲੇ ਯੇ ਬਾਤ ਅਲੱਗ ਹੈ। ਆਜ ਕਾਂਗਰਸ ਪਾਰਟੀ ਕੇ 6-6 ਵਾਰ ਕੇ MLA, ਕਾਂਗਰਸ ਪਾਰਟੀ ਕੇ ਸੀਨੀਅਰ ਲੀਡਰ ਇਹ ਬਾਤ ਬੋਲ ਰਹੇ ਕਿ ਹਮਾਰੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਕਾ ਬੇੜਾ ਗਰਕ ਕਰ ਦਿਆ। ਤੋ ਬਈ ਇਹ ਜੋ ਨੁਮਾਇੰਦੇ ਹੋਤੇ ਹੈ, ਜੇ ਦਿਨ ਮੇ 3-3 ਵਾਰ ਸੂਟ ਬਦਲਨੇ ਕੇ ਲੀਏ ਨਹੀਂ, ਬਾਸਕਿਟ ਬਦਲਨੇ ਕੇ ਲੀਏ ਹੋਤੇ, ਇਹ ਲੋਕੋ ਕੀ ਦਿੱਕਤੇ। ਮੈਂ ਬਹੁਤ ਸੇ ਗਾਓਂ ਮੇ ਗਿਆ, ਬਹੁਤ ਸੇ ਸ਼ਹਿਰ ਕੇ ਮੁਹੱਲੋਂ ਮੇ ਗਿਆ, ਤੋ ਮੈਨੇ ਪੁੱਛਾ ਕਿ MP ਸਾਹਿਬ ਕਾ ਬਤਾਓ ਕਿਸੀ ਨੇ ਕੋਈ ਕਾਮ ਕਰਾਇਓ, ਕੋਈ ਨਹੀਂ ਹੱਥ ਖੜਾ ਕਰਤਾ। ਤੋ ਮੈਂ ਪੁੱਛਦਾ ਹਾਂ, ਅੱਛਾ ਇਹ ਬਤਾਓ ਕਿ MP ਸਾਹਿਬ ਕਾ ਦਫ਼ਤਰ ਕਹਾਂ ਹੈ। ਤੋ ਇੱਕ ਵੀ ਬੰਦੇ ਨੇ ਪੂਰੀ ਲੋਕ ਸਭਾ ਮੇ ਮੇਰੇ ਕੋਲ ਇਹ ਨਹੀਂ ਬਤਾਇਆ ਕਿ MP ਕਾ ਦਫ਼ਤਰ ਕਹਾਂ। ਅਗਰ ਕੋਈ ਦਫ਼ਤਰ ਹੋਗਾ, ਕੋਈ ਬੈਠੇਗਾ MP ਲੋਕੋ ਕੀ ਸਮੱਸਿਆ ਕਾ ਰਿਡਰੈਸਲ ਕਰੇਗਾ, ਤੋ ਦਫ਼ਤਰ। ਤੋ ਮੈਂ ਲੁਧਿਆਣਾ ਕੇ ਵੋਟਰ ਕਾ, ਪੰਜਾਬ ਕੇ ਲੋਕੋ ਕਾ, ਪੂਰੀ ਦੁਨੀਆ ਮੇ ਵਸਤੇ ਪੰਜਾਬੀਓ ਕਾ ਧੰਨਵਾਦ ਕਰਤਾ ਹੂੰ ਕਿ ਜੋ ਵੋਟ ਆਪ ਮੇਰੇ ਕੋ ਡਾਲੋਗੇ, ਆਪਕੀ ਵੋਟ ਕੇ ਸਾਥ ਧੋਖਾ ਨਹੀਂ ਹੋਗਾ, ਧੰਦਾ ਨਹੀਂ ਹੋਗਾ। ਪੰਜਾਬ ਮੇ ਆਪਕੀ ਲਾਈਨ ਜੋ ਹੈ ਸੈਂਟਰ ਮੇ ਕਿਸ ਅਗਰ ਆਏਗੀ ਸੱਤਾ ਮੇ, ਕਿਸੇ ਆਪ ਸੈਟ ਕਰੇਗੇ? BJP ਔਰ ਅਕਾਲੀ ਦਲ ਐਂਡ ਕਾਂਗਰਸ ਕੇ ਇਲਾਵਾ ਜੋ ਅੱਛੀ ਸਟੇਟ ਪਾਰਟੀਓ ਕਾ ਕੋਈ ਫੋਰਮ ਬਣੇਗਾ ਨਾ, ਜੈਸੇ ਹਮਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਯੇ ਅਨਾਊਂਸ ਕੀਆ ਹੈ ਕਿ ਦੇਸ਼ ਕੀ ਪ੍ਰਧਾਨ ਮੰਤਰੀ ਦਲਿਤ ਕੇ ਪਰਿਵਾਰ ਕੀ ਬਸਪਾ ਕੀ ਮੁੱਖ ਜੋ ਐਕਸ CM ਹੈ ਉੱਤਰ ਪ੍ਰਦੇਸ਼ ਕੇ, ਤੋ ਹਮਨੇ ਉਨਕੋ ਅਨਾਊਂਸ ਕੀਆ ਕਿ ਵੋ ਦਲਿਤ ਔਰ ਗਰੀਬ ਪਰਿਵਾਰ ਕੀ ਬੇਟੀ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ, ਤੋ ਹਮ ਉਨਕੋ ਸਪੋਰਟ ਕਰੇਂਗੇ। ਤੋ ਜੋ ਸਟੇਟ ਕੀ ਬਾਤ ਕਰੇਗਾ, ਜੋ ਸਟੇਟੋ ਕੇ ਲੀਏ ਜ਼ਿਆਦਾ ਅਧਿਕਾਰੋਂ ਕੀ ਬਾਤ ਕਰੇਗਾ, ਜੋ ਦੇਸ਼ ਕੇ ਏਕਤਾ ਔਰ ਖੰਡਤਾ ਕੀ ਬਾਤ ਕਰੇਗਾ, ਜੋ ਦੇਸ਼ ਮੇ ਅਰਾਜਕਤਾ ਔਰ ਫਿਰਕੂਵਾਦ ਨਹੀਂ ਫੈਲਾਏਗਾ, ਤੋ ਹਮ ਉਸਕੀ ਸਪੋਰਟ। ਤੋ ਕਿਆ ਹੋ ਗਿਆ ਅਗਰ ਇਲੈਕਸ਼ਨ ਨਹੀਂ ਲੜ ਰਹੇ? ਪ੍ਰਧਾਨ ਮੰਤਰੀ ਜੀ ਇਲੈਕਸ਼ਨ, ਮਨਮੋਹਨ ਸਿੰਘ ਜੀ ਕਿਆ ਲੜੇ ਥੇ ਇਲੈਕਸ਼ਨ? ਆਪਕੋ ਯਾਦ ਨਹੀਂ ਹੋਗਾ, ਵੋ ਵੀ ਇਲੈਕਸ਼ਨ ਨਹੀਂ ਲੜਦੇ, ਰਾਜ ਸਭਾ ਸੇ ਪ੍ਰਧਾਨ ਮੰਤਰੀ ਬਣ ਗਏ। ਚੌਥੀ ਸੀਟ ਜਿਹੜੀ ਆਪਣੀ ਅੰਮ੍ਰਿਤਸਰ ਦੀ ਆ, ਅੰਮ੍ਰਿਤਸਰ ਦੀ ਸੀਟ ਵਿਦ ਇਨ 2 ਡੇਜ਼ ਅਨਾਊਂਸ ਕਰ ਦਿਆਂਗੇ ਅੰਮ੍ਰਿਤਸਰ ਜਾ ਕੇ। ਜਿਹੜਾ ਪੁਨੀਤ ਬਾਵਾ ਜੀ ਦਾ ਸਵਾਲ, ਲੋਕ ਇਨਸਾਫ ਪਾਰਟੀ ਦਾ ਅੱਜ ਜਿਹੜਾ ਸੰਗਤ ਪ੍ਰਤੀ ਸੇਵਾ ਦਾ ਮਿਸ਼ਨ, ਜਿਹੜਾ ਕਰਪਸ਼ਨ ਦੇ ਖਿਲਾਫ ਸੰਘਰਸ਼ ਆ, ਉਹਦੇ ਕਰਕੇ ਲੋਕ ਇਨਸਾਫ ਪਾਰਟੀ ਪੰਜਾਬੀਆਂ ਦੀ ਹਰਮਨ ਪਿਆਰਤਾ, ਅੱਜ ਲੋਕ ਇਨਸਾਫ ਪਾਰਟੀ ਦੇ ਬੰਦਿਆਂ ਨੂੰ ਲੈ ਕੇ ਜਾਣ ਲਈ ਕਾਂਗਰਸ ਦੀ ਨੈਸ਼ਨਲ ਜਿਹੜੀ ਪਾਰਟੀ ਹੈ ਅੱਜ ਉਹ ਤਿਆਰ ਹੈ। ਅੱਜ ਸਟੇਟ ਦੇ ਵਿੱਚ ਆਪਣਾ ਵਜੂਦ ਗਵਾ ਚੁੱਕੀਆਂ ਪਾਰਟੀਆਂ ਲੋਕ ਇਨਸਾਫ ਪਾਰਟੀ ਦੇ ਲੋਕਾਂ ਨੂੰ ਲਿਜਾਣ ਲਈ ਤਿਆਰ ਆ। ਪਰ ਮੈਂ ਬਾਬਾ ਜੀ ਇੱਕ ਗੱਲ ਦੱਸਾਂਗਾ ਕਿ ਲੋਕ ਇਨਸਾਫ ਪਾਰਟੀ ਇੱਕ ਸੋਚ ਹੈ, ਉਹ ਸੋਚ ਜੇ ਸਿਮਰਜੀਤ ਬੈਂਸ ਛੱਡ ਜਾਏਗਾ, ਉਹ ਸੋਚ ਜੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦੇ ਇਹਨਾਂ ਸਾਥੀਆਂ ਜੋ ਕੋਈ ਛੱਡ ਜਾਏਗਾ ਤੇ ਖਤਮ। ਲੋਕ ਇਨਸਾਫ ਪਾਰਟੀ ਕੋਲ ਇੱਕੋ ਹੀ ਸੋਚ ਹੈ, ਉਹ ਸੋਚ ਜਿਹੜੀ ਸੱਚਾਈ ਦੇ ਰਸਤੇ ਤੇ ਚੱਲ ਕੇ ਕਰਪਸ਼ਨ ਦੇ ਖਿਲਾਫ਼ ਸੰਘਰਸ਼ ਵਾਲੀ ਆ। ਇਸ ਕਰਕੇ ਕੋਈ ਸੱਜਣ ਇਸ ਸੋਚ ਨੂੰ ਛੱਡ ਕੇ ਚੱਲਿਆ ਜਾਵੇ, ਉਹ ਵੋਟਰ ਦੇ ਉੱਤੇ ਕੋਈ ਨੈਗੇਟਿਵ ਪ੍ਰਭਾਵ ਨਹੀਂ। ਮੈਂ ਉਹੀ ਕਹਿ ਰਿਹਾ ਕਿ ਕੋਈ ਬੰਦਾ ਸੋਚ ਛੱਡ ਕੇ ਚੱਲਿਆ ਜਾਵੇ, ਵੋਟਰ ਦੇ ਉੱਤੇ ਕੋਈ ਪ੍ਰਭਾਵ ਨਹੀਂ। ਵੋਟਰ ਇਕਜੁੱਟ ਹੋ ਕੇ ਆਪਣਾ ਫੈਸਲਾ ਦੇਗਾ, ਕੋਈ ਪ੍ਰਭਾਵ ਨਹੀਂ, ਕੋਈ ਪ੍ਰਭਾਵ ਨਹੀਂ ਪਾਰਟੀ ਦੇ ਉੱਤੇ, ਵੋਟਰ ਦੇ ਉੱਤੇ ਕੋਈ ਪ੍ਰਭਾਵ ਨਹੀਂ। ਦੇਸ਼ ਦੇ ਵਿੱਚ ਏਕਤਾ ਔਰ ਅਖੰਡਤਾ, ਦੇਸ਼ ਮੇ ਜੋ ਧਰਮੋ ਕੋ ਬਾਂਟ ਕੇ ਰਾਜਨੀਤੀ ਕੀ ਜਾਤੀ ਹੈ ਉਸਕਾ ਸਮਾਪਤੀ ਕਰਨਾ, ਔਰ ਦੇਸ਼ ਮੇ ਝੂਠ ਕੇ ਬਲਬੂਤੇ ਕੇ ਉੱਪਰ ਸਰਕਾਰ 2.5 ਕਰੋੜ ਲੋਕੋ ਕੋ ਨੌਕਰੀ ਦੇਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰੇਂਗੇ। ਤੋ ਆਜ ਤੱਕ ਵੀ ਦੇਸ਼ ਮੇ ਹੁਆ ਕਿਆ ਹੁਆ, ਨੋਟਬੰਦੀ
हुई जीएसटी व्यापारियों का खून चूसने के लिए। तो हम जो नेशनल एजेंडे हैं वो हमने कॉमन मिनिमम प्रोग्राम पीडीए ने तय किया, हम आपको उसकी एक कॉपी दे देंगे। हमारा नेशनल एजेंडा है, उस एजेंडे पे पीडीए काम करेगा। बहुत सारे सोशल मीडिया से देखते होवोंगे, कल्ला लुधियाना नहीं पूरे पंजाब दे विच्चों बहुत सारे अकाली दल कांग्रेस दे विच लोग जिहड़े घुटन महसूस करते लोक इंसाफ पार्टी दे विच घड़ा तक हां जी। मैं खुशकिस्मत होवांगा जे बिक्रम मजीठिया बच्चा बच्चा बोलता मजीठिया चिट्टा तोलता चिट्टा गली गली आ चोर कुत्ती रली है जड़े लोकां ने पंजाब दी धरती ते चिट्टे दे गंध दा बूटा ला के अज मावां ते भैणां दे बैण पाया जिन्हां दे पुत ते भरा चिट्टे दे दैंत ने निकले आ। मैं खुशकिस्मत होवांगा जे बिक्रम मजीठिया लुधियाने आके इलैक्शन लड़े।